ਪਹਿਲਾਂ ਆਪਾਂ ਗੱਲ ਕੀਤੀ ਸੀ ਓਸੀਡੀ ਦੀ, ਹੁਣ ਧਾਰਮਿਕ ਓਸੀਡੀ ਦੀ ਗੱਲ ਕਰਦੇ ਹਾਂ। ਧਾਰਮਿਕ ਓਸੀਡੀ ਇੱਕ ਐਸਾ ਵਿਸ਼ਾ ਹੈ ਜਿਹੜਾ ਹਰ ਕੋਈ ਕਤਰਾਉਂਦਾ ਇਸ ਤੇ ਗੱਲ ਕਰਨ ਨੂੰ, ਕਿਉਂਕਿ ਇਹ ਧਰਮ ਦੇ ਨਾਲ ਜੁੜ ਜਾਂਦਾ ਹੈ। ਧਾਰਮਿਕ ਓਸੀਡੀ ਦੇ ਵਿੱਚ ਕੀ ਹੁੰਦਾ ਮਨੁੱਖ ਨੂੰ, ਵੀ ਉਹ ਜਿਹੜੇ ਈਸ਼ਟ ਦੀ ਪੂਜਾ ਕਰਦਾ ਹੈ, ਜਿਹਨੂੰ ਉਹ ਮੰਨਦਾ, ਉਹਦੇ ਪ੍ਰਤੀ ਹੀ ਉਹਦੇ ਅੰਦਰ ਗੰਦੇ ਤੇ ਮਾੜੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਆ। ਈਵਨ ਸੈਕਸ ਪ੍ਰਤੀ ਵੀ ਮੈਂ ਇਹਦੇ ਨਾਲ ਭੋਗ ਕਰਨਾ ਚਾਹੁੰਦਾ। ਤੇ ਕਈ ਵਾਰੀ ਇਹੀ ਨੈਗੇਟਿਵ ਵਾਲੇ ਪਾਸੇ ਨੂੰ ਹੋਰ ਜ਼ਿਆਦਾ ਚਲੇ ਜਾਂਦੀ, ਫਿਰ ਉਹਨੂੰ ਮੰਦਾ ਹੀ ਬਹੁਤ ਬੋਲਣ ਲੱਗ ਜਾਂਦਾ, ਗਾਲਾਂ ਕੱਢਣ ਲੱਗ ਜਾਂਦਾ। ਇਹ ਧਾਰਮਿਕ ਓਸੀਡੀ ਹੈ, ਕਿਉਂਕਿ ਇਹਦੇ ਵਿੱਚ ਉਹ ਕਰਨਾ ਨਹੀਂ ਚਾਹੁੰਦਾ ਪਰ ਉਹ ਤੋਂ ਹੋ ਜਾਂਦਾ, ਬਾਰ ਬਾਰ ਉਹ ਰੋਕਣ ਦੀ ਵੀ ਕੋਸ਼ਿਸ਼ ਕਰਦਾ, ਜਿਹਦੇ ਕਰਕੇ ਉਹ ਅੰਦਰੋਂ ਇੰਨਾ ਤੜਫਦਾ ਘੁਰਲਾਉਂਦਾ ਵੀ ਮੈਂ ਜਿਹੜੇ ਇਸ਼ਟ ਦੀ ਭਗਤੀ ਕਰਦਾ ਸੀ, ਜਿਹਦੀ ਪੂਜਾ ਕਰਦਾ ਸੀ, ਉਹਦੇ ਬਾਰੇ ਮੇਰੇ ਮਨ 'ਚ ਇੰਨੇ ਮਾੜੇ ਵਿਚਾਰ ਆ ਰਹੇ ਆ, ਤੇ ਉਹ ਤਿੰਨ ਤਿੰਨ ਮਰ ਕੇ ਜ਼ਿੰਦਗੀ ਜਿਉਂਦਾ। ਤੇ ਇਹ ਗੱਲ ਆਮ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦਾ, ਕਿਉਂਕਿ ਇਹਦੇ ਵਿੱਚ ਉਹਨੂੰ ਬਹੁਤ ਡਰ ਲੱਗਦਾ ਵੀ ਕੋਈ ਕਿੱਦਾਂ ਦਾ ਰਿਐਕਟ ਕਰੂ। ਨਹੀਂ, ਇਹ ਪ੍ਰੋਬਲਮ ਹੈਗੀ ਹੈ, ਇਹ ਬਿਮਾਰੀ ਹੈ, ਇਹਨੂੰ ਧਾਰਮਿਕ ਓਸੀਡੀ ਕਹਿੰਦੇ ਆ, ਤੇ ਇਹ ਦਵਾਈਆਂ ਨਾਲ ਤੇ ਕਾਉਂਸਲਿੰਗ ਨਾਲ ਠੀਕ ਹੋ ਜਾਂਦੀ ਹੈ। ਕਿਉਂਕਿ ਜਦੋਂ ਇਦਾਂ ਦੇ ਕੇਸ ਆਉਣੇ ਸ਼ੁਰੂ ਹੋਏ ਨਾ ਫਿਰ ਜ਼ਿਆਦਾ ਗਹਿਰਾਈ 'ਚ ਪਤਾ ਲੱਗਿਆ ਵੀ ਇਹ ਮਸਲਾ ਕੀ ਹੈ। ਸੋ ਜੇ ਤੁਹਾਡੇ ਮਨ 'ਚ ਇਦਾਂ ਦੇ ਕੁਛ ਵਿਚਾਰ ਚੱਲਦੇ ਆ ਤਾਂ ਫਿਕਰ ਨਾ ਕਰੋ, ਤੁਸੀਂ ਕਾਲ ਕਰਕੇ ਆਪਣੀ ਕਾਉਂਸਲਿੰਗ ਕਰਾਓ ਤੇ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ, ਇਹਨੂੰ ਆਪਾਂ ਅੱਗੇ ਕਿਵੇਂ ਠੀਕ ਕਰ ਸਕਦੇ ਹਾਂ। ਸੋ ਤੁਸੀਂ ਆਪਣੇ ਆਪ ਨੂੰ, ਕਈ ਲੋਕੀ ਕਹਿਣ ਲੱਗ ਜਾਂਦੇ ਆ ਮੈਂ ਤਾਂ ਮਰ ਜਾਣਾ ਹੈ, ਮੈਂ ਬਹੁਤ ਵੱਡਾ ਪਾਪੀ ਹਾਂ, ਮੈਂ ਕਿਵੇਂ ਕਰ ਸਕਦਾ ਆਪਣੇ ਈਸ਼ਟ ਦੇ ਪ੍ਰਤੀ ਗੰਦੇ ਵਿਚਾਰ, ਕਿਵੇਂ ਸੋਚ ਸਕਦਾ ਹੈ। ਜਾਣ ਬੁੱਝ ਕੇ ਕੋਈ ਨਹੀਂ ਸੋਚਦਾ ਹੁੰਦਾ, ਇਹ ਸਭ ਕੈਮੀਕਲ ਇਮਬੈਲੈਂਸਿਸ ਨੇ ਬ੍ਰੇਨ ਦੇ, ਇਹ ਕਿਤੇ ਕਦੋਂ ਵੀ ਕਿਵੇਂ ਵੀ ਰਿਐਕਟ ਕਰ ਸਕਦੇ ਆ, ਇਹਦੇ ਬਾਰੇ ਕੋਈ ਪ੍ਰੈਡਿਕਟ ਨਹੀਂ ਕਰ ਸਕਦਾ, ਦੱਸ ਨਹੀਂ ਸਕਦਾ ਵੀ ਇਹ ਕਿਵੇਂ ਹੋਣਗੇ। ਤੁਸੀਂ ਕੋਈ ਇਹਨੂੰ ਰੋਕਣ ਦਾ ਸਭ ਤੋਂ ਵੱਡਾ ਤੇ ਸੌਖਾ ਇੱਕੋ ਹੀ ਤਰੀਕਾ ਹੈ, ਜਦੋਂ ਵੀ ਕਦੇ ਕੋਈ ਇਹੋ ਜਿਹੇ ਵਿਚਾਰ ਆਉਣ ਲੱਗ ਜਾਣ, ਉਹਨੂੰ ਹੋਲਡ ਨਹੀਂ ਕਰਨਾ, ਉਹਨੂੰ ਹਲਕੇ ਚਲੋ ਤੇ ਉਹਨੂੰ ਛੱਡ ਦਿਓ ਨਾਲ ਹੀ। ਕਿਉਂਕਿ ਜਦੋਂ ਇਹਨੂੰ ਤੁਸੀਂ ਸੀਰੀਅਸ ਲੈਣ ਲੱਗ ਗਏ ਨਾ ਇਸ ਥੋਟਸ ਨੂੰ, ਇਹ ਖਿਆਲਾਂ ਨੂੰ, ਤੁਸੀਂ ਉੱਥੇ ਹੀ ਅਟਕ ਜਾਓਗੇ ਤੇ ਤੁਸੀਂ ਆਪਣੇ ਆਪ ਨੂੰ ਹੀ ਦੋਸ਼ੀ ਮੰਨਦੇ ਰਹੋਗੇ ਤੇ ਤੁਸੀਂ ਆਪਦੀ ਲਾਈਫ ਵੀ ਖਰਾਬ ਕਰ ਲਓਗੇ ਤੇ ਇਹਦੇ ਵਿੱਚੋਂ ਬਾਹਰ ਵੀ ਨਹੀਂ ਨਿਕਲ ਪਾਓਗੇ। ਸੋ ਜੇ ਇਦਾਂ ਦੇ ਖਿਆਲ ਆਉਂਦੇ ਆ, ਉਹਨੂੰ ਆਉਣ ਦਿਓ ਤੇ ਜਾਣ ਦਿਓ, ਰੋਕੋ ਨਾ ਉਹਨੂੰ, ਆਪਣੇ ਆਪ ਨੂੰ ਦੂਜੀ ਜਗ੍ਹਾ ਬਿਜ਼ੀ ਕਰਨਾ ਸ਼ੁਰੂ ਕਰ ਦਿਓ। ਤੇ ਦੂਜਾ ਇੱਕ ਕੰਮ, ਐਕਸਰਸਾਈਜ਼ ਸ਼ੁਰੂ ਕਰੋ, ਸਵੇਰੇ ਸ਼ਾਮ ਦੋ ਟਾਈਮ ਐਕਸਰਸਾਈਜ਼ ਕਰੋ, 5 ਮਿੰਟ ਦੀ ਪ੍ਰੋਪਰ ਐਕਸਰਸਾਈਜ਼ ਕਰੋ, ਖਿੱਚ ਕੇ ਜ਼ੋਰ ਲਾ ਕੇ ਰਨਿੰਗ ਕਰੋ, 5 ਮਿੰਟ ਰਨਿੰਗ ਤੇ ਲਾਓ। ਫਿਰ ਉਹ ਤੋਂ ਬਾਅਦ ਤੁਸੀਂ ਨਾ ਇੱਕ ਕੰਮ ਕਰੋ, ਬੈਕ ਕਾਊਂਟਿੰਗ ਸ਼ੁਰੂ ਕਰੋ, ਪੁੱਠੀ ਗਿਣਤੀ ਸ਼ੁਰੂ ਕਰੋ, ਜੇ ਤੁਹਾਨੂੰ ਇਦਾਂ ਦੀ ਚੀਜ਼ਾਂ ਆਉਂਦੀਆਂ। ਮਤਲਬ ਕਿ 3-4 ਚੀਜ਼ਾਂ ਜਦੋਂ ਮਿਲ ਕੇ ਤੁਸੀਂ ਇਕੱਠੀਆਂ ਕਰੋਗੇ, ਇਹ ਵਿਚਾਰ ਆਉਣੇ ਆਪਣੇ ਆਪ ਬੰਦ ਹੋ ਜਾਣੇ ਆ, ਇਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਣਾ ਬਿਲਕੁਲ ਜ਼ੀਰੋ ਹੋ ਜਾਊਗਾ। ਸੋ ਤੁਸੀਂ ਘਬਰਾਓ ਨਾ, ਇਹਦਾ ਵੀ ਸਲਿਊਸ਼ਨ ਹੈਗਾ, ਤੁਸੀਂ ਜਦ ਮਰਜ਼ੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਾ ਕੇ ਇਸ ਦੇ ਬਾਰੇ ਗੱਲ ਕਰ ਸਕਦੇ ਹਾਂ, ਤੇ ਇਹਨੂੰ ਆਪਾਂ ਖੁੱਲ੍ਹ ਕੇ ਡਿਸਕਸ ਕਰਾਂਗੇ ਤੇ ਇਹਨੂੰ ਛੇਤੀ ਤੋਂ ਛੇਤੀ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ।